अस्सलाम वालेकुम दोस्तों, की हाल चाल आ? उम्मीद करते हैं तुसी ठीक ठाक होंगे। अल्लाह ताला दे शुक्र ते करम दे नाल अज दा व्लॉग स्टार्ट करते हैं जी। ते अज सुबह सुबह दा टाइम आ जी, स्प्रे करन आए हुए सीगे जी, लेकिन हवा तेज़ होने की वजह तो स्प्रे असी बंद करती है, क्योंकि स्प्रे उड़ती है ते कपाह दे उत्ते पैंदी नहीं जी। हूँ असी हम मशीन अपनी साफ कर दें तो चलते हैं जी घर वापस। तो पहले थानू असी अपनी मशीन दिखाने जी। तो आ मशीन ने किसान बहुत ज़्यादा फायदा दिता। पहले जी इस तो पहले जी हाथ नाल स्प्रे की जाती सी, हाथ नाल पंप चलाया जाता सी, ते बहुत ज़्यादा वक्त लगता सी स्प्रे करन। हुण जिद्दन दी आ मशीन आई है किसान बहुत ज़्यादा फायदा होया जी। ये जी पेट्रोल ते चलती है, थले ला दो जी विखाने तुहानू। ये जी पीटर लग्या होया इहदे ते, यामा वालिआं दा इंजन आ, 2 स्ट्रोक आ जी ये। चलो जी स्टार्ट करते हैं। सब तो पहले जी आ देखो, आ यामा वालिआं दा 2 स्ट्रोक दा इंजन लग्या होया, ते पेट्रोल दा सिस्टम किया होया इहदे ते, आ यानी कि पेट्रोल दा टैंक छोटा जिहा लगाया होया। ते आ जी पीटर आ, ਉਹ ਥੱਲੇ ਪੰਪ ਲੱਗਾ ਹੋਇਆ। ਅਤੇ ਆ ਜੀ ਇਹਦੀ ਰੇਸ, ਅਤੇ ਆ ਬੰਦ ਕਰਨ ਵਾਲਾ ਬਟਨ, ਅਤੇ ਆ ਇਹਦੀ ਜੀ ਚਾਬੀ, ਯਾਨੀ ਕਿ ਜਿਹਨੂੰ ਆਪਾਂ ਕਿੱਕ ਸੱਦੀ ਆ, ਲੇਕਿਨ ਇਹਦੇ ਧਾਗਾ ਖਿੱਚਣਾ ਪੈਂਦਾ ਤਾਂ ਫਿਰ ਇਹ ਸਟਾਰਟ ਹੁੰਦੀ ਹੈ। ਅਤੇ ਆ ਜੀ ਇਹਦੀ ਨਾਲੀ ਆ, ਆ ਫਵਾਰਾ, ਅਤੇ ਆ ਜੀ ਪਲਾਸਟਿਕ ਦਾ ਡਰਾਮਾ ਜਿਹਦੇ ਵਿੱਚ ਯਾਨੀ ਕਿ ਪਾਣੀ ਅਤੇ ਸਪਰੇਅ ਡਾਲੀ ਜਾਂਦੀ ਹੈ। ਅਤੇ ਬਾਈ ਜੀ ਨੇ ਤੁਸੀਂ ਕਿੰਨੇ ਦੀ ਖਰੀਦੀ? ਅਸੀਂ ਜੀ 8,500 ਲਿਆਂਦੇ। ਯਾਨੀ ਕਿ ਕੁਛ ਅਰਸਾ ਪਹਿਲੇ ਇਹਨਾਂ ਨੇ 8,000 ਦਾ ਲਿਆਂਦਾ ਸੀ ਆ ਪੂਰਾ ਸਿਸਟਮ। ਅਤੇ ਜਿਹੜਾ 4 ਸਟੋਕ ਆ, 4 ਸਟੋਕ ਜਾਂ ਮਾ ਲਿਆਂਦਾ, ਉਹ ਯਾਨੀ ਕਿ ਹੈਗਾ 13,000-14,000 ਦਾ। ਅਤੇ ਇਹਦੇ ਨਾਲ ਹੀ ਸੀ ਡੀ ਵਾਲਿਆਂ ਦਾ ਵੀ ਹੈਗਾ 2 ਸਟੋਕ ਅਤੇ 4 ਸਟੋਕ ਵੀ, ਲੇਕਿਨ ਯਾਮੇ ਵਾਲਿਆਂ ਦਾ ਜਿਹੜਾ 2 ਸਟੋਕ ਆ 4 ਸਟੋਕ ਆ, ਯਾਨੀ ਕਿ ਅੱਛਾ ਚੱਲਦਾ ਪਿਆ। ਅਤੇ ਜੀ ਮੋਬਲੈਲ ਵੀ ਪਾਇਆ ਜਾਂਦਾ ਇਹ 'ਚ? ਹਾਂਜੀ। ਅਤੇ ਮੋਬਲੈਲ ਜੀ ਕੋਈ ਖਾਸ ਜਗ੍ਹਾ ਨਹੀਂ ਬਣੀ ਹੈ ਮੋਬਲੈਲ ਲਈ, ਯਾਨੀ ਕਿ ਜਦੋਂ ਵੀ ਪੈਟਰੋਲ ਪਾਇਆ ਜਾਂਦਾ ਇਹਦੇ 'ਚ, ਅਤੇ ਕੁਛ ਮਕਦਾਰ ਯਾਨੀ ਕਿ ਨਾਲ ਹੀ ਮੋਬਲੈਲ ਦੀ ਸ਼ਾਮਿਲ ਕਰਦੀ ਜਾਂਦੀ ਹੈ, ਕਰ ਦਿੰਦੇ ਆ ਜੀ। ਯਾਨੀ ਕਿ ਲੀਟਰ ਦੇ ਪਿੱਛੋਂ 50 ml ਪਾਉਂਦੇ ਆ ਜੀ ਮੋਬਲੈਲ। ਅਤੇ 1 ਲੀਟਰ 'ਚ ਕਿੰਨੀਆਂ ਟੈਂਕੀਆਂ ਲੱਗ ਜਾਂਦੀਆਂ ਜੀ ਤੁਹਾਡੀਆਂ? ਪੁਰਾਣੀ ਤਾਂ 16-17, ਨਵੀਂ 22। ਯਾਨੀ ਕਿ ਉਸ ਤਨ ਜੀ 17-18 ਟੈਂਕੀਆਂ 1 ਲੀਟਰ 'ਚ ਲਾ ਸਕਦੇ ਆ ਬੰਦਾ ਆਰਾਮ ਨਾਲ। ਅਤੇ ਆਹ ਦੇਖੋ ਜੀ ਨਾਲ ਹੀ ਇਹਦਾ ਯਾਨੀ ਕਿ ਸਾਫ਼ ਕਰਨਾ ਹੋਵੇ ਅਤੇ ਜਗ੍ਹਾ ਬਣਾਈ ਹੋਈ ਆ ਢੱਕਣ ਲੱਗਾ ਹੋਇਆ, ਅਤੇ ਇਹਨੂੰ ਚੱਕਣ ਲਈ ਆ ਜੀ ਆ ਬੈਲਟ ਲੱਗੇ ਹੋਏ ਆ ਬੈਲਟ। ਅਤੇ ਆ ਜੀ ਸੇਫਟੀ ਲਈ, ਯਾਨੀ ਕਿ ਕਮਰ 'ਤੇ ਕਮਰ ਨੂੰ ਨੁਕਸਾਨ ਨਾ ਪਹੁੰਚੇ, ਆਰਾਮ ਨਾਲ ਬੰਦਾ ਚੱਕ ਸਕਦਾ। ਅਤੇ ਹੁਣ ਇਹਨੂੰ ਕਰਦੇ ਹਾਂ ਜੀ ਸਟਾਰਟ। ਸਟਾਰਟ ਕਰੋ ਜੀ। ਆਹ ਦੇਖੋ ਜੀ ਪਾਣੀ ਨਿਕਲਦਾ ਪਿਆ, ਆਹ ਵੇਖ ਸਕਦੇ ਰੇਸ ਦੇ ਨਾਲ ਹੀ ਸਾਰਾ ਸਿਸਟਮ ਚੱਲਦਾ ਜੀ ਇਹਦਾ। ਅਤੇ
अब बंद करने लिए यानी क्या लगा है, तो यानी कि बहुत ही अच्छी एक मशीन है, किसानों लिए बहुत ही ज़्यादा फायदेमंद है, बहुत ही ज़्यादा फायदा होया ना किसानों, तो यानी कि एक तो नबेड़ा कट दी है, दूसरा टाइम थोड़ा लगता स्प्रे करन। इस तरह दिया मजीद वीडियो देखने लिए फिर साढ़े यूट्यूब चैनल सब्सक्राइब तो लाइक करो जी।